ਤਸਿਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ نیوز ਚੈਨਲ ਤੇ ਮੈਂ ترਸੀਮ ਸਿੰਘ ਮਠਾੜੂ ਦੇ ਨਾਲ ਇੱਕ ਗੱਲਬਾਤ ਕਰਾਂਗੇ ਸੂਬੇ ਭਰ ਦੀਆਂ ਪੰਜਾਬ ਦੀਆਂ ਦੁਪਹਿਰ ਦੀਆਂ ਵੱਡੀਆਂ ਖਬਰਾਂ ਦੀ ਤੇ ਖਬਰਾਂ ਵਿੱਚੋਂ ਪਹਿਲੀ ਖਬਰ ਤੇ ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਜਿਹੜੀਆਂ ਅਸੀਂ ਨਰਮੀਆ ਖਬਰਾਂ ਪਾਇਆ ਕਰਾਂਗੇ ਉਹ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੂਗੀ ਤੇ ਨਾਲ ਹੀ ਖਬਰਾਂ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੁਹਾਡਾ ਬਹੁਤ ਹੀ ਧੰਨਵਾਦ ਹੋਵੇਗਾ ਇਸੇ ਦੇ ਨਾਲ ਹੀ ਗੱਲਬਾਤ ਕਰਦੇ ਆਂ ਪਹਿਲੀ ਖਬਰ ਦੀ ਕਿ CBSE ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਨੇ ਨਵੇਂ ਵਿਦਿਅਕ ਸੈਸ਼ਨ 2021-22 ਲਈ ਜੋ ਸਿਲੇਬਸ ਜਾਰੀ ਕੀਤਾ ਹੈ ਔਸਸ ਸਿਲੇਬਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਗਈ ਇਸ ਦਾ ਮਤਲਬ ਇਹ ਹੈ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਸੀਬੀਐਸਸੀ ਨੇ ਪਿਛਲੇ ਵਿਦਿਅਕ ਸੈਸ਼ਨ ਵਿੱਚ ਜੋ ਕਟੌਤੀ ਕੀਤੀ ਸੀ ਉਹ ਕਟੌਤੀ ਇਸ ਨਵੇਂ ਵਿਦਿਅਕ ਸੈਸ਼ਨ ਵਿੱਚ ਲਾਗੂ ਨਹੀਂ ਕੀਤੀ ਜਾਵੇਗੀ ਤਾਂ ਸੀਬੀਐਸਸੀ ਨੇ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ 2021-2022 ਲਈ ਆਪਣਾ ਸਿਲੇਬਸ ਜਾਰੀ ਕਰ ਦਿੱਤਾ ਹੈ ਇਸ ਸਿਲੇਬਸ 9ਵੀਂ 10ਵੀਂ ਅਤੇ 11ਵੀਂ 12ਵੀਂ ਜਮਾਤ ਲਈ ਜਾਰੀ ਕੀਤਾ ਗਿਆ ਤੇ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ CBSE ਬੋਰਡ ਦੀ 9ਵੀਂ 10ਵੀਂ 11ਵੀਂ 12ਵੀਂ ਜਮਾਤ ਵਿੱਚ ਦਾਖਲਾ ਲਿਆ ਉਹ ਵਿਦਿਆਰਥੀ CBSE ਦੀ ਅਫੀਸ਼ੀਅਲ ਵੈੱਬਸਾਈਟ ਤੇ ਲੌਗਇਨ ਕਰਕੇ ਆਪਣਾ ਸਿਲੇਬਸ ਜਿਹੜਾ ਚੈੱਕ ਕਰ ਸਕਦੇ ਨੇ ਗੱਲ ਕਰਦੇ ਹਾਂ ਜੀ ਅਗਲੀ ਖਬਰ ਦੀ ਕਿ ਪੰਜਾਬ ਸਰਕਾਰ ਦੇ ਪ੍ਰਾਈਵੇਟ ਸਕੂਲਾਂ ਨੂੰ ਸਾਹਮਣੇ ਫੈਡਰੇਸ਼ਨ ਵੱਲੋਂ 10 ਤੋਂ ਸਕੂਲ ਖੁੱਲਣ ਦਾ ਐਲਾਨ ਜੀहां ਦੋਸਤੋ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਆਫ ਪੰਜਾਬ ਅਤੇ ਸਹਿਯੋਗੀ ਸੋਚਿਊਸ਼ਨਲ ਰਾਸਾ ਪੂਸਾ ਕਾਂਸਾ ਦੇ ਜ਼ਿਲ੍ਹਾ ਪ੍ਰਤੀਨਿਧਾਂ ਦੀ ਹੋਈ ਮੀਟ ਹੰਗਾਮੀ ਮੀਟਿੰਗ ਤੋਂ ਬਾਅਦ ਹੋਏ ਫੈਸਲੇ ਮੁਤਾਬਕ 10 April ਤੋਂ ਬਾਅਦ ਪੂਰੇ ਪੰਜਾਬ ਭਰ ਦੇ ਪ੍ਰਾਈਵੇਟ ਸਕੂਲ ਖੋਲੇ ਜਾਣਗੇ ਜੇਕਰ ਇਹ ਕੱਲ੍ਹ ਸਕੂਲਾਂ ਉੱਪਰ ਲਾਕਡਾਊਨ ਵਿੱਚ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਤੇ ਇਹ ਜਾਣਕਾਰੀ ਦਿੰਦਿਆ ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਲਗਭਗ 90% ਤੋਂ ਵਧੇਰੇ ਮਾਤਾ ਪਿਤਾ ਨੇ ਲਿਖਤੀ ਤੌਰ ਤੇ ਸਕੂਲਾਂ ਤੋਂ ਮੰਗ ਕੀਤੀ ਕਿ ਸਕੂਲ ਖੋਲੇ ਜਾਣ ਮਾਤਾ ਪਿਤਾ ਇਸ ਵਾਰ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਨਹੀਂ ਬਿਠਾਉਣਾ ਚਾਹੁੰਦੇ ਰਾਸਾ ਦੇ ਪ੍ਰਧਾਨ ਹਰਪਾਲ ਸਿੰਘ ਯੂਕੇ ਅਤੇ ਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਨਾਲ ਪੱਖਪਾਤੀ ਰਵੱਈਆ ਬੰਦ ਕਰੇ ਜਿਸ ਤਹਿਤ ਸਰਕਾਰੀ ਸਕੂਲਾਂ ਨਾਲ ਸਰਕਾਰ ਦੇ ਹੋਰ ਨਿਯਮ ਹਨ ਤੇ ਪ੍ਰਾਈਵੇਟ ਲਈ ਹੋਰ ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖਬਰ ਹੁਣ ਨੌਕਰੀ ਬਦਲਣ ਨਾਲ ਪੀਐਫ ਦੇ ਵਾਂਗ ਗ੍ਰੈਜੂਏਟ ਵੀ ਹੋਵੇਗੀ ਟਰਾਂਸਫਰ ਜੀ ਹਾਂ ਦੋਸਤੋ ਜੇਕਰ ਤੁਸੀਂ ਕਿਸੇ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖਬਰ ਹੈ ਜੇ ਤੁਸੀਂ ਕੰਪਨੀ ਬਦਲਦੇ ਹੋ ਤਾਂ ਹੁਣ ਤੁਸੀਂ ਗ੍ਰੈਜੂਏਟੀ ਵੀ ਪੀਐਫ ਵਾਂਗ ਟ੍ਰਾਂਸਫਰ ਕਰ ਸਕਦੇ ਹੋ ਇੱਕ ਕੰਪਨੀ ਵਿੱਚ ਸ਼ਾਮਲ ਹੋਣ ਅਤੇ ਦੂਜੀ ਨੂੰ ਛੱਡਣ ਵੇਲੇ ਇਸ ਜਿਸ ਤਰੀਕੇ ਨਾਲ ਪੀਐਫ ਦਾ ਪੈਸਾ ਉਸ ਕੰਪਨੀ ਨੂੰ ਟ੍ਰਾਂਸਫਰ ਕੀਤਾ ਜਾਂਦਾ ਉਸੇ ਤਰ੍ਹਾਂ ਗ੍ਰੈਜੂਏਟੀ ਦਾ ਪੈਸਾ ਵੀ ਟ੍ਰਾਂਸਫਰ ਕੀਤਾ ਜਾਵੇਗਾ ਦਰਅਸਲ ਸਟਰਕਚਰ ਵਿੱਚ ਇਸ ਸੈਕਟਰ ਵਿੱਚ ਤਬਦੀਲੀ ਬਾਰੇ ਸਰਕਾਰ ਯੂਨੀਅਨ ਅਤੇ ਉਦਯੋਗ ਦਰਮਿਆਨ ਸਹਿਮਤੀ ਬਣ ਚੁੱਕੀ ਹੈ ਤੇ ਇਸ ਨੂੰ ਜਲਦੀ ਹੀ ਲਾਗੂ ਕੀਤਾ ਜਾ ਸਕਦਾ ਹੈ ਸੀਐਨਬੀਸੀ ਆਵਾਸ ਦੀ ਇੱਕ ਰਿਪੋਰਟ ਦੇ ਅਨਸਾਰ ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਨੂੰ ਪੀਐਫ ਵਾ ਗ੍ਰੈਜੂਏਟ ਟ੍ਰਾਂਸਫਰ ਕਰਨ ਦਾ ਵਿਕਲਪ ਜਿਹੜਾ ਮਿਲੇਗਾ ਅਗਲੀ ਖਬਰ ਕਿ ਬਿਨਾ ਤਾਰਾਂ ਦੇ ਦੁਨੀਆ 'ਚ ਪਹਿਲੀ ਵਾਰ ਘਰ ਵਿੱਚ ਪਹੁੰਚੇਗੀ ਬਿਜਲੀ ਇਹ ਮੁਲਕ ਸ਼ੁਰੂ ਕਰੇਗਾ ਟ్రਾਇਲ ਜੀ ਹਾਂ ਦੋਸਤੋ ਇੱਕ ਨਵੀਂ ਖਬਰ ਸਾਹਮਣੇ ਹੈ ਕਿ ਕਲਪਨਾ ਕਰੋ ਕਿ ਜਿੱកਾ ਦੇ ਤੁਸੀਂ 100 ਕਿਉਟੇ ਹੋ ਅਤੇ ਤੁਹਾਡੇ ਘਰ ਸਾਹਮਣੇ ਬਿਜਲੀ ਦਾ ਖੰਭਾ ਗਾਇਬ ਹੋਵੋ ਡਰੋ ਨਾ ਇਹਨਾਂ ਬੇਤਰਤੀਬ ਢੰਗ ਨਾਲ ਉਲਝੀਆਂ ਬਿਜਲੀ ਦੀਆਂ ਤਾਰਾਂ ਦੇ ਗਾਇਬ ਹੋਣ ਦੇ ਬਾਵਜੂਦ ਵੀ ਤੁਹਾਡੇ ਘਰ ਬਿਜਲੀ ਦੀ ਸਪਲਾਈ ਚੱਲ ਰਹੇਗੀ ਦਰਸਲ ਨਿਊਜ਼ੀਲੈਂਡ ਦੀ ਸਰਕਾਰ ਅਤੇ ਐਮਰੋਡ ਨਾਂ ਦੇ ਇੱਕ ਸਟਾਰਟਅਪ ਨਾਲ ਮਿਲ ਕੇ ਇਸ ਪ੍ਰੋਜੈਕਟ ਤੇ ਤੇਜ਼ੀ ਨਾਲ ਕੰਮ ਕਰ ਰਿਹਾ ਜੇ ਇਹ ਪਾਰਟਨਰਸ਼ਿਪ ਕੰਮ ਕਰਦੀ ਹੈ ਤਾਂ ਇਸ ਨਾਲ ਬਿਨਾ ਤਾਰ ਦੇ ਬਿਜਲੀ ਸਪਲਾਈ ਕਰਨ ਦਾ ਸੁਪਨਾ ਪੂਰਾ ਹੋ ਸਕਦਾ ਹੈ ਬਿਨਾ ਤਾਰ ਦੇ ਬਿਜਲੀ ਸਪਲਾਈ ਕਿਸੇ ਵਿਗਿਆਨ ਕਥਾ ਦੇ ਵਾਂਗ ਲੱਗਦਾ ਹੈ ਇਸ ਟੈਕਨੋਲੋਜੀ ਨੂੰ ਪਹਿਲਾਂ ਤੋਂ ਹੀ ਵਿਕਸਿਤ ਕੀਤਾ ਜਾ ਚੁੱਕਿਆ ਹੈ ਹੁਣ ਇਸ ਤੋਂ ਵੱਧ ਤੋਂ ਲੈ ਨੂੰ ਲੈ ਕੇ ਕੇਸ ਸਟਡੀ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਦੇ ਆਪਣੇ ਪਹਿਲੇ ਪਾਇਲਟ ਪ੍ਰੋਗਰਾਮ ਵਿੱਚ ਨਿਊਜ਼ੀਲੈਂਡ ਦਾ ਦੂਜਾ ਸਭ ਤੋਂ ਵੱਡੀ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਪਾਵਰਕੋ ਇਸ ਸਾਲ ਸਟਾਰਟਅਪ ਕੰਪਨੀ ਐਬਰੋਰ ਦੀ ਤਕਨੀਕ ਦਾ ਪਰिक्षण ਸ਼ੁਰੂ ਕਰੇਗੀ। ਰਾਕੇਸ਼ਟ ਕਹੇ ਤੇ ਹਮਲਾ ਕਰਨ ਦੇ ਦੋਸ਼ ਵਿੱਚ ਏਬੀਬੀਪੀ ਨੇਤਾ ਸਣੇ 14 ਗ੍ਰਿਫਤਾਰ। ਕਿਸਾਨ ਨੇਤਾ ਰਕੇਸ਼ਟ ਕਹਦੇ ਕਾਫਲੇ ਤੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੇ ਤਾਤਰਪੁਰ ਲਾਂਗੇ ਤੇ ਹਮਲਾ ਹੋਇਆ ਸੀ ਕੁਝ ਲੋਕਾਂ ਨੇ ਸਵਾਗਤ ਦੇ ਬਹਾਨੇ ਉਹਨਾਂ ਦੀ ਕਾਰ ਰੁਕਵਾਈ ਤੇ ਫਿਰ ਉਹਨਾਂ ਤੇ ਹਮਲਾ ਕਰ ਦਿੱਤਾ ਉਹਨਾਂ ਤੇ ਛਿਆਹੀ ਵੀ ਸੁੱਟੀ ਗਈ ਇਸ ਦੇ ਨਾਲ ਹੀ ਉਹਨਾਂ ਦੀ ਕਾਰ ਦੇ ਸ਼ੀਸ਼ੇ ਵੀ ਤੋੜੇ ਗਏ ਤੇ ਇਸ ਹਮਲੇ ਤੋਂ ਬਾਅਦ ਰਾਕੇਸ਼ਟ ਕਹਿੰਦੇ ਟਵੀਟ ਕਰਕੇ ਇਸ ਦੇ ਲਈ ਭਾਜਪਾ ਤੇ ਦੋਸ਼ ਲਗਾਇਆ ਸੀ ਟਕੇਤ ਨੇ ਦੋਸ਼ ਲਗਾਏ ਸੀ ਕਿ ਭਾਜਪਾ ਦੇ ਗੁੰਡਿਆਂ ਨੇ ਉਹਨਾਂ ਤੇ ਹਮਲਾ ਕੀਤਾ ਐਫ ਆਈ ਆਰ ਅਨੁਸਾਰ ਰਾਕੇਸ਼ਟ ਕੈਦ ਦੇ ਕਾਫਲੇ ਤੇ ਸ਼ੁੱਕਰਵਾਰ ਸ਼ਾਮ ਨੂੰ 33 ਵਿਅਕਤੀਆਂ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਪੁਲਿਸ ਵੱਲੋਂ ਇਹਨਾਂ ਧਾਰਾਂ ਤੇ ਇਹਨਾਂ ਦੇ ਧਾਰਾ 307 398 332 53 145 46 47 48 49 323 41 506 ਅਤੇ 400 27 ਅਧੀਨ 27 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਏਬੀਬੀਪੀ ਦੇ ਵਰਕਰ ਕੁਲਦੀਪ ਯਾਦਵ ਨੂੰ ਵੀ ਗ੍ਰਿਫਤਾਰ ਕੀਤਾ ਜ਼ਿਕਰ ਹੋ ਗਿਆ ਕਿ ਟਿਕਾਏਤ ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸਾਵਲੀ ਵਿੱਚ ਸਭਾ ਕਰਨ ਤੋਂ ਬਾਅਦ ਬਾਸੂਰ ਵਿੱਚ ਸਭਾ ਕਰਨ ਲਈ ਜਾ ਰਹੇ ਸਨ ਕੈਪਟਨ ਸਰਕਾਰ ਨੇ ਪਿਛਲੇ 4 ਸਾਲਾਂ 'ਚ ਮੁਲਾਜ਼ਮਾਂ ਦੇ ਹੱਕਾਂ ਤੇ ਮਾਰਿਆ ਡਾਕਾ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਭពਿੰਦਰ ਵੜੈਚ ਅਤੇ ਜਨਰਲ ਸਕੱਤਰ ਜਰਮਨਜੀਤ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਤਨਖਾਹ ਕਮਿਸ਼ਨ ਦੀ ਮਿਆਦ 30 April ਤੱਕ ਫਿਰ ਤੋਂ ਵਧਾਏ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਮੁਲਾਜ਼ਮਾਂ ਨਾਲ ਚੋਣ ਮਨੋਰਥ ਪੱਤਰ ਵਿੱਚ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕਰਕੇ ਅੱਜ ਪੰਜਾਬ ਸਰਕਾਰ ਹਰ ਵਰਗ ਨਾਲ ਕੀਤੇ ਗੱਲ ਕੀਤੇ ਗਏ ਵਾਅਦਿਆਂ ਨੂੰ ਭੁੱਲ ਗਈ ਹੈ ਉਹਨਾਂ ਕਿ ਹੈ ਕਿ ਜਿੱਥੇ ਮਾਨ ਪੱਤੇ ਵਾਲੇ ਮੁਲਾਜ਼ਮ ਕਟੋ ਘਟ ਉਜਰਤਾ ਅਤੇ ਕੱਚੇ ਮੁਲਾਜ਼ਮ ਪੱਕੇ ਹੋਣ ਦੀ ਉਡੀਕ ਕਰਦੇ ਉਤੇ ਹੀ ਰੈਗੂਲਰ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਨਹੀਂ ਆ ਕਿਸ਼ਤਾਂ ਜਾਰੀ ਨਾ ਕਰਕੇ ਅਦੇ ਤਨਖਾਹ ਕਮਿਸ਼ਨ ਦੀ ਰਿਪੋਰਟ ਵਾਰ-ਵਾਰ ਲਟਕਾ ਕੇ ਮੁਲਾਜ਼ਮਾਂ ਪੱਲੇ ਕੱਖ ਨਹੀਂ ਪਾਰੀ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਵਿਕਰਮ ਦੇਵ ਸਿੰਘ ਸਤਪਾਲ ਭੈਣੀ ਲਖਵਿੰਦਰ ਕੌਰ ਬਲਵੀਰ ਸੇਵੀਆਂ ਪਰਮਜੀਤ ਮਾਨ ਪਵਨ ਕੁਮਾਰ ਨੇ ਦੋਸ਼ ਲਾਇਆ ਕਿ ਪਿਛਲੇ 4 ਸਾਲਾਂ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਦੇ ਮਾਨ ਭੱਤੇ ਵਾਲੇ ਠੇਕਾ ਭਾਰਤੀ ਦੀਨ ਕੰਮ ਕਰਦੇ ਤੇ ਰੈਗੂਲਰ ਮੁਲਾਜ਼ਮਾਂ ਦੀ ਮੰਗਾਂ ਤੇ ਕੋਈ ਧਿਆਨ ਨਹੀਂ ਦਿੱਤਾ ਕਿਸਾਨਾਂ ਦੀ ਬੈਠਕ ਦਾ ਅਸਰ ਟਿਕਰੀ ਬਾਰਡਰ ਤੇ ਵਧੇ ਕਿਸਾਨਾਂ ਦੇ ਗੈਨ ਤੇ ਜੀਹਾਂ ਦੋਸਤੋ ਕਿਸਾਨ ਆंदोलਨ ਦੀ ਸ਼ੁਰੂਆਤ ਪਹਿਲਾਂ ਪੰਜਾਬ ਦੇ ਕਿਸਾਨ ਰੇਲਵੇ ਟਰੈਕ ਤੇ ਬੈਠੇ ਸੀ ਤਾਂ ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਦੀ ਸਰਹੱਦਾ ਤੇ ਡਟੇ ਰਹਿਣ ਦਾ ਫੈਸਲਾ ਕੀਤਾ ਇਸੇ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਯੂਪੀ ਬਿਹਾਰ ਸਮੇਤ ਹੋਰ ਕਈ ਸੂਬੇ ਦੇ ਕਿਸਾਨਾਂ ਦਾ ਪੂਰਾ ਸਾਥ ਮਿਲਿਆ ਤੇ ਵੱਖ-ਵੱਖ ਸੂਬਿਆਂ ਦੇ ਕਿਸਾਨ ਅਜੇ ਵੀ ਦਲੇਰੀਆਂ ਬਾਰੂਹਾਂ ਤੇ ਡਟੇ ਹੋਏ ਨੇ ਇੱਥੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਨਹੀਂ ਆਦੇਗੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਉਹ ਵੀ ਇੱਥੇ ਡਟੇ ਰਹਿਣਗੇ ਸ਼ੁਕਰਵਾਰ ਦੀ ਮੀਟਿੰਗ ਵਿੱਚ ਪਾਲਾ ਰਾਮ ਪ੍ਰਧਾਨ ਨੋਗਾਮਾ ਖਾਫ ਬੀਬੀ ਪੋਰਾ ਹਰਿਆਣਾ ਨੇ ਟਿਕਰੀ ਬਾਰਡਰ ਤੇ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ ਅंदोलਨ ਨੂੰ ਤੇਜ਼ ਕਰਨੀਆਂ ਤਿਆਰੀਆਂ ਦੇ ਨਾਲ ਹੀ ਉਹਨਾਂ ਨੇ 10 April ਨੂੰ 24 ਘੰਟਿਆਂ ਲਈ KMP ਨੂੰ ਬੰਦ ਰੱਖਣ ਲਈ ਦੋ ਦਿਨਾਂ ਵਿੱਚ ਡਿਊਟੀ ਲਾਉਣ ਦੀ ਗੱਲ ਕੀਤੀ ਇਸ ਨਾਲ ਹੀ ਦੁਪਹਿਰ ਵੇਲੇ ਬਰਵੀਤ ਸਿੰਘ ਰਾਜੇਵਾਲ ਪ੍ਰਧਾਨ BKU ਰਾਜੇਵਾਲ ਪੰਜਾਬ ਨੇ ਟਿਕਰੀ ਬਾਰਡਰ ਤੇ ਪਹੁੰਚ ਕੇ ਕਿਸਾਨਾਂ ਦਾ ਸਮਾਪਨ ਕੀਤਾ ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਕੋਈ ਅੰਦੋਲਨ ਹੁੰਦਾ ਹੈ ਤਾਂ ਗੱਲ ਸੁਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਗਰਮੀਆਂ ਵਿੱਚ ਵੀ ਇਸ ਅੰਦੋਲਨ ਵਿੱਚ ਬੈਠੇ ਹਾਂ ਕਿਸਾਨ ਲਗਾਤਾਰ ਸ਼ਹੀਦ ਹੋ ਰਹੇ ਨੇ ਸਰਕਾਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਮੋਦੀ ਜੀ ਸੰਸਦ ਵਿੱਚ ਕਿਸਾਨਾਂ ਨੂੰ ਅੰਦੋਲਨ ਜੀ ਵੀ ਦੱਸ ਰਹੇ ਸੀ ਅਸੀਂ ਅੰਦੋਲਨ ਜੀ ਵੀ ਹਾਂ ਤੇ ਆਪਣੇ ਅਧਿਕਾਰ ਲਈ ਲੜਨਾ ਸਾਡਾ ਹੱਕ ਹੈ ਉਹਨਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਲਈ ਵਰਤੀ ਮੋਦੀ ਦੀ ਇਸ ਭਾਸ਼ਾ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ ਮੈਂ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੂੰ ਵਿਧਾਈ ਦਿੰਦਾ ਕਿ ਉਹਨਾਂ ਨੇ ਭਾਏ ਭਾਏ ਮੰਤਰੀ ਵਿਧਾਇਕ ਨੇ ਪੂਰੇ ਦੇਸ਼ ਵਿੱਚ ਜਾਣ ਤੋਂ ਰੁਕ ਦਿੱਤਾ ਅਤੇ ਸਾਰੇ ਦੇਸ਼ ਦੇ ਕਿਸਾਨਾਂ ਨਾਲ ਖੜੇ ਨੇ ਮੋਰ ਹਟਾਈ ਟਿਕਟੋਕ ਤੋਂ ਪਾਬੰਦੀ ਇਤਰਾਜ਼ਯੋਗ ਕੰਟੈਂਟ ਕਰਨ ਲੱਗੀ ਸੀ ਪਾਬੰਦੀ ਜੀ ਹਾਂ ਦੋਸਤੋ ਪਾਕਿਸਤਾਨ ਸਰਕਾਰ ਨੇ ਦੂਜੀ ਵਾਰ ਚੀਨੀ ਐਪ ਟਿਕਟੋਕ ਉੱਤੇ ਲਾਈ ਪਾਬੰਦੀ ਹਟਾ ਦਿੱਤੀ ਹੈ ਤੇ ਪੇਸ਼ਾਵਰ ਦੀ ਇੱਕ ਅਦਾਲਤ ਨੇ ਦੂਜੀ ਵਾਰ ਚੀਨੀ ਵੀਡੀਓ ਸ਼ੇਅਰਿੰਗ ਐਪ ਉੱਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ ਇਸ ਦੇ ਨਾਲ ਹੀ ਅਸ਼ਲੀਲ ਕੰਟੈਂਟ ਨਾ ਵਿਖਾਉਣ ਦੀ ਚੇਤਾਵਨੀ ਵੀ ਦਿੱਤੇ ਗਏ ਹੁਣ ਪਾਕਿਸਤਾਨ ਦੀ ਜਨਤਾ ਟਿਕਟੋਕ ਉੱਤੇ ਆਪਣੀਆਂ ਮਨਪਸੰਦ ਵੀਡੀਓਜ਼ ਬਣਾ ਕੇ ਆਨੰਦ ਮਾਣ ਸਕਗੇ ਕਿ ਤੇ ਪਿਛਲੇ 2 ਵਾਰ ਅਕਤੂਬਰ ਚ ਪਾਕਿਸਤਾਨ ਸਰਕਾਰ ਨੇ ਸੋਸ਼ਲ ਮੀਡੀਆ ਐਪ ਉਤੇ پابੰਦੀ ਲਾ ਦਿੱਤੀ ਸੀ ਪਾਕਿਸਤਾਨ ਸਰਕਾਰ ਮੁਤਾਬਕ ਟਿਕਟੋਕ ਰਹੀ ਬਨਣ ਵਾਲਾ ਅਸ਼ਲੀਲ ਕੰਟੈਂਟ ਦੇਖਦਿਆਂ ਨੈਤਿਕ ਕਦਰਾਂ ਕੀਮਤਾਂ ਤੇ ਮਾੜਾ ਅਸਰ ਪਾ ਰਿਹਾ ਸੀ ਇਸ ਲਈ ਚੀਨੀ ਐਪ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਤੇ ਅਦਾਲਤ ਸਨਵਾਇਦਨ ਏਜੰਸੀ ਦੇ ਸੀਨੀਅਰ ਅਧਿਕਾਰੀ ਤਾਰਿਕ ਗੰਡਾਪੁਰ ਨੇ ਕਿਹਾ ਕਿ ਵਲਗਰ ਕੰਟੈਂਟ ਸ਼ੇਅਰ ਹੋਣ ਤੇ ਹੁਣ ਤੋਂ ਰੁਕਣ ਲਈ ਇਸ ਉੱਤੇ ਬੈਨ ਲਾ ਗਿਆ ਸੀ ਪਰ ਇਸ ਨੂੰ ਪਰ ਇਸ ਉੱਤੇ ਲੱਗਿਆ ਬੈਨ ਇੱਕ ਵਾਰ ਫਿਰ ਤੋਂ ਪਾਕਿਸਤਾਨ ਵਿੱਚ ਖੋਲ ਦਿੱਤਾ ਗਿਆ ਜਾਨੀ ਕਿ ਹੁਣ ਉਥੋਂ ਦੇ ਲੋਕ ਫਿਰ ਤੋਂ ਟਿਕਟੌਕ ਚਲਾ ਸਕਣਗੇ ਮਹਾਰਾਸ਼ਟਰ ਪੰਜਾਬ ਤੇ ਦਿੱਲੀ ਸਮੇਤ 11 ਸੂਬਿਆਂ ਚ ਹਾਲਾਤ ਚਿੰਤਾਜਨਕ ਦਿੱਤੇ ਗਏ ਇਸ ਸਖਤ ਨਿਰਦੇਸ਼ ਜੀਹਾਂ ਦੋਸਤੋ ਦੇਸ਼ ਦੇ 11 ਸੂਬਿਆਂ ਵਿੱਚ ਕਰੋਨਾ ਇਨਫੈਕਸ਼ਨ ਦੀ ਸਥਿਤੀ ਗੰਭੀਰ ਚਿੰਤਾ ਦਾ ਕਾਰਨ ਬਣ ਗਈ ਹੈ ਤੇ ਪਿਛਲੇ 2 ਹਫ਼ਤਿਆਂ ਚ 90% ਦੀ ਕਰੋਨਾ ਦੇ ਮਾਮਲੇ ਤੇ 90.5% ਦੀ ਮੌਤਾਂ ਇਹਨਾਂ ਸੂਬਿਆਂ ਚ ਦੱਦ ਕੀਤੇ ਗੰਗਾ ਨੇ ਸ਼ੁੱਕਰਵਾਰ ਨੂੰ ਕੈਬਨਟ ਸਕੱਤਰ ਰਾਜੀਵ ਗੋਬਾ ਨੇ ਇਹਨਾਂ ਸੂਬਿਆਂ ਦੇ ਮੁਖ ਸਕੱਤਰ ਸਮੇਤ ਹੋਸ ਸਬੰਧਤ ਅਧਿਕਾਰੀਆਂ ਨਾਲ ਬੈਠਕ ਕਰਕੇ ਹਾਲਾਤ ਦੀ ਸਮੀਖਿਆ ਕੀਤੀ ਤੇ ਇਨਫੈਕਸ਼ਨ ਨੂੰ ਰੋਕਣ ਲਈ ਜ਼ਰੂਰੀ ਨਿਰਦੇਸ਼ ਦਿੱਤੇ ਕੈਬਨਟ ਸਕੱਤਰ ਨਾਲ ਬੈਠਕ 'ਚ ਸਿਹਤ ਸਕੱਤਰ ਰਾਜੇਸ਼ ਪੂਜਨ ਨੇ ਦੱਸਿਆ ਕਿ ਕਰੋਨਾ ਹਾਲਾਤ ਦੀ ਵਿਸਤਾਰ ਰਿਪੋਰਟ ਪੇਸ਼ ਕੀਤੀ ਜਿਸ ਵਿੱਚ 11 ਸੂਬਿਆਂ ਮਹਾਰਾਸ਼ਟਰ ਪੰਜਾਬ ਕਰਨਾਟਕ ਕੇਲ ਛੱਤੀਸਗੜ੍ਹ ਚੰਡੀਗੜ੍ਹ ਗੁਜਰਾਤ ਮੱਧ ਪ੍ਰਸ਼ਤਮਲनाडु ਦਿੱਲੀ ਤੇ ਹਰਿਆਣਾ 'ਚ ਹਾਲਾਤ ਨੂੰ ਬੇਹੱਦ ਚਿੰਤਾਜਨਕ ਦੱਸਿਆ ਗਿਆ ਕੇਂਦਰ ਸਰਕਾਰ ਵੱਲੋਂ ਫਸਲਾਂ ਵਿੱਚ ਸਿੱਧੀ ਅਦਾਇਗੀ ਦਾ ਫੈਸਲਾ ਵਾਪਸ ਲੈਣ ਤੋਂ ਇਨਕਾਰ ਜੀ ਹਾਂ ਦੋਸਤੋ ਕਿਸਾਨਾਂ ਲਈ ਇੱਕ ਨਾਮਾੜੀ ਕਹਾਣੀ ਬਣ ਗਿਆ ਹੈ ਕੇਂਦਰ ਸਰਕਾਰ ਕਿਸਾਨਾਂ ਅੰਦੋਲਨ ਦੇ ਚਾਹਵਦਾ ਹੁਣ ਪੰਜਾਬ ਨੂੰ ਕੋਈ ਵੀ ਰਾਹਤ ਦੇਣ ਨੂੰ ਤਿਆਰ ਨਹੀਂ ਇਸ ਦੇ ਨਾਲ ਹੀ ਹਰੀਆਂ ਫਸਲਾਂ ਦੀ ਕਿਸਾਨਾਂ ਦੇ ਖਾਤੇ ਵਿੱਚ ਸਿੱਧੀ ਅਦਾਇਗੀ ਪਾਉਣ ਦਾ ਫੈਸਲਾ ਵਾਪਸ ਲੈਣ ਤੋਂ ਸਾਫ਼ ਨਾ ਕਰ ਦਿੱਤੀ ਹੈ ਇਸ ਤੋਂ ਬਾਅਦ ਹੁਣ 10 ਅਪ੍ਰੈਲ ਤੋਂ ਸੂਬੇ ਵਿੱਚ ਸ਼ੁਰੂ ਹੋਣ ਵਾਲੀ ਕਣਕ ਦੀ ਖਰੀਦ ਤੋਂ ਪਹਿਲਾਂ ਇਸ ਮੁੱਦੇ ਨੂੰ ਲੈ ਕੇ ਆਰਤੀਆਂ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਨਵਾਂ ਮੋਰਚਾ ਖੋਲਿਆ ਜਾ ਰਿਹਾ ਜਿਸ ਮੈਟੇ ਸੰਜੋਗਤ ਕਿਸਾਨ ਮੋਰਚੇ ਨੇ ਕੇਂਦਰ ਦੇ ਸਪੈਸ਼ਲ ਵਿਰੋਧ 5 ਅਪ੍ਰੈਲ ਨੂੰ ਦੇਸ਼ ਭਰ ਵਿੱਚ ਐਫਸੀਆਈ ਦਫ਼ਤਰਾਂ ਨੂੰ ਕੇਨਾਂ ਅਤੇ ਜ਼ਮੀਨਾਂ ਦੀਆਂ ਫਰਦਾਂ ਦਾ ਰਿਕਾਰਡ ਨਾ ਦੇਣ ਦਾ ਐਲਾਨ ਕੀਤਾ ਅਤੇ ਉੱਥੇ ਸੂਬੇ ਦੇ ਆਰਤੀਆਂ ਨੇ ਵੀ ਇਸੇ ਦਿਨ ਬਾਗਾ ਪ੍ਰਾਣਾ ਵਿਚਾਰਤੀਆਂ ਦੀ ਮਹਾਪੰਚਾਇਤ ਸਰਦੀ ਹੈ ਆਰਤੀਆ ਫੈਡਰੇਸ਼ਨ ਦੇ ਪ੍ਰਧਾਨ ਵਿਜੈ ਕਲਵਰਾ ਦਾ ਕਹਿਣਾ ਹੈ ਕਿ ਇਸ ਪੰਚਾਇਤ ਵਿੱਚ 60 ਹਜ਼ਾਰ ਤੋਂ ਵੱਧ ਆਰਤੀਏ ਸ਼ਾਮਲ ਹੋਣਗੇ ਤੇ ਕਣਕ ਨਹੀਂ ਖਰੀਦ ਨਾ ਕਰਨ ਤੇ ਇਸੇ ਦਿਨ ਤੋਂ ਹਰਤਾਹ ਸ਼ੁਰੂ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ ਤਾ ਦੋਸਤੋ ਅਸੀਂ ਹਾਂ ਆਪਣੀਆਂ ਇਸ ਸਮੇਂ ਦੀਆਂ ਦੁਪਹਿਰ ਦੀਆਂ ਵੱਡੀਆਂ ਖਬਰਾਂ ਸਾਡੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਅਹਿਮ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ